जी एडा तरलो मच्छी होने की लोड़ नहीं है, अगे पहला इतने स्यापा पाया होया कि अगे भाजी सड़क बंद क्यों पता तो लगे यार। अध्यापक धरने से बैठे भाऊ जी, सड़क बंद आ। अगे स्कूलों च पढ़ाइया बंद कीतिया इन्हें, हुण सड़क भी बंद करनगे हैं। कादी हड़ताल की इन्होंने, आ 2 महीने पहले तनखावां वधियां अध्यापकों दी। भाऊ जी तनखावां वधाइया ही दित्तिया नहीं आ, उसे का अगले रोना रोन डे। 3-3 महीनों तो तनखावां नहीं मिलिया, इसे करके धरने से बैठे आ। ये तनखावां असीं रोकियां, सानू क्यों तंग करन डे यार है। उधर 10:28 होने वाले, पुलिस वाले अरेंजमेंट है नहीं इतने कोई कीता कीता क्यों नहीं भाऊ जी। पुलिस वाले ने 8-10 SPO भेजे ने कंट्रोल करने लिए। उन्होंने जो पता लगा भी अध्यापक धरने से बैठे ने भी उन्होंने 3-3 महीनों तो तनखा नहीं मिली, वो कहते सानू 6-6 महीनों तो नहीं मिली, तो वह भी जा रहे जी। वैसे साढ़े ना इस देश में इन्हें जलूसा जलसिया तो धरनिया ने खा जाना है। कैसी कोई एमरजेंसी हो बंद इन्होंने परवाही को नहीं, सड़क बंद करके बैठे होंगे। कमाल की गल है यार है, हूँ किसी की ब्याह शादी हो करे बंदा। हूँ देखो मैं आप लाड़ा वा, राज खजल हो डे किधर दी जावा मैं, वो तो 10:28 होने वाले है यार। गल सुन, कोई रस्ता है किसी पास जान का, मैं जल्दी चा है भाऊ। बथेरे राह है, औखे वेले रब बथेरे राह कढ़ देंदा। इंज कर इधर सीधा जाके ना, आप पिछले मियाँ चौथे मकान डिगा ही एक, लोग तो लंघ लंघ जान दिया, तू भी ओं निकल जा टिकाने ते पहुंच जाएगा। थले ना जी फिर ਭਾਜੀ ਇਹ ਕਿਹੜਾ ਇਲਾਕਾ ਪੈਂਦਾ ਜੀ? ਮਤਲਬ ਕਲੇਸ਼ ਐਵੀਨਿਊ ਕਿ ਕਲਾਸ਼ ਐਵੀਨਿਊ ਕੀ ਕਹਿੰਦੇ ਜੀ ਇਹਨੂੰ? ਪਤਾ ਨੀ, ਤੁਸੀਂ ਇਹ ਦੱਸੋ ਜਾਣਾ ਕਿੱਥੇ ਆ? ਭਾਜੀ ਦੱਸਣ ਤੇ ਡਿਆ ਜੀ, ਉਹ ਐਵੀਨਿਊ ਆ ਪਤਾ ਨਹੀਂ ਕਿਹੜਾ, ਕਲਾਸ਼ ਕਲੇਸ਼ ਭਾਜੀ ਮੈਂ ਉਹ ਲੁਕਾ ਵੀ ਪਤਾ ਨਹੀਂ, ਪਰ ਤੁਸੀਂ ਇਹ ਦੱਸੋ ਜਾਣਾ ਕਿੱਥੇ ਆ ਦੱਸੋ। ਉਹ ਭਾਜੀ ਉਹਨਾਂ ਦੀ ਨਾ ਉਹ ਜ਼ਿਆਦਾ ਨਹੀਂ ਪਤਾ ਵੀ ਉਹਨਾਂ ਦੀ ਕੁੜੀ ਦਾ ਵਿਆਹ ਹੈਗਾ, ਬਸ 10:28 'ਤੇ ਪਹੁੰਚਣਾ ਟਾਈਮ ਸਿਰ ਜੀ ਵਿਆਹ ਵਾਲਾ ਘਰ। ਅੱਛਾ ਅੱਛਾ, ਵਿਆਹ ਵਾਲੇ ਘਰ ਜਾਣਾ ਤੁਸੀਂ? ਇੱਧਰ ਨੂੰ ਜਾ ਕੇ ਨਾ ਹੈ, ਇੱਧਰ ਨੂੰ ਮੁੜ ਜਿਓ, ਸਾਹਮਣੇ ਕਨਾਤਾਂ ਨਹੀਂ ਰਹਿਣਗੀਆਂ ਟੈਂਟ, ਤੇ ਉੱਥੇ ਭੰਗੜੇ ਸੰਗੜੇ ਪਹਿਨਦੇ ਹੋਗੇ, ਜਾ ਵੜੋਗੇ। ਥੈਂਕ ਯੂ ਵੈਰੀ ਮੱਚ। ਇੱਧਰ ਜਾ ਕੇ ਤੇ ਉੱਧਰ ਕਨਾਤਾਂ ਟੈਂਟ, ਯੈਸ। ਕੀ ਕਰ ਸਕਦੇ ਹਾਂ, ਮਾ ਘੜੀ ਲਿਖਿਆ ਸੀ ਮਾਲਕ ਵੱਲੋਂ। ਜਵਾਈ ਨੂੰ ਟਿਕਣ ਡੇ ਸੀ ਨਾ ਜੀ, ਜਵਾਈ ਹਾਜ਼ਰ ਹੈ ਟਾਈਮ ਸਿਰ। ਕੰਜਰਾ ਤੂੰ ਸ਼ੁਭ ਮੁਹੂਰਤ ਦੱਸਣ ਡਿਆ, ਇੱਥੇ ਸਾਡੀ ਬੁੜੀ ਮਰ ਗਈ ਆ, ਤੂੰ
वाओ रब सचिया तेरा भी जवाब नहीं, अगले मेरी उड़ीक जी खलोते हैं त्यार बर त्यार टिच मिच हो गए। ठीक 10:28। चल वेख होगी ला दे शर्मा ला दे संगा, हीर वर्गी कुड़ी उड़ीकदी है पा के सूहा सूट ते मेहंदी वाले हाथों विच वंगा। सत श्री अकाल जी। वाजी वाह, चाई चढ़ के वेख के मिंद सारा टब्बर साज जिताज के कितना मेरिया डीकां करन डी। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਿਤਾ ਜੀ। ਸਤਿ ਸ਼੍ਰੀ ਅਕਾਲ ਪੈਰੀ ਪਹਿਨਾ ਜੀ। ਪੁੱਤਰ ਜੀ ਆਏ ਨੇ ਜੀ ਜੀ। ਸਤਿ ਸ਼੍ਰੀ ਅਕਾਲ। ਕਿੱਡੇ ਟਾਈਮ ਸਿਰ ਪੁੱਤਰ ਜੀ ਆਏ ਜੀ। ਪਰਾਂ ਕੇ ਖਲੋ, ਬਾਅਦ ਚ ਦਿੰਨੇ ਆ ਤੈਨੂੰ। ਪਾਗਲ ਕਿਸੇ ਥਾਂ ਦਾ, ਕਿੱਥੋਂ ਆਇਆ ਤੂੰ? ਨਾ 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 ਨਾ, ਰੱਬ ਦਾ ਭੇਜਿਆ ਹੋਇਆ ਜੀ ਆ, ਨਾਲੇ ਫਿਰ ਸ਼ਗਨ ਵਾਲੇ ਦਿਨ ਖਾਲੀ ਹੱਥ ਮੋੜ ਦੀਏ? ਨਾ 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 ਨਾ, ਲੈ ਮੇਰਾ ਪੁੱਤ ਲੈ ਰੁਪਈਆ, ਚੱਲ ਕਾਕਾ ਹੁਣ ਤੂੰ ਚੱਲ। ਓਏ ਆ ਫੜੋ ਆਪਣਾ ਰੁਪਈਆ ਮੋੜ ਕੇ ਵਾਪਸ, ਤੁਸੀਂ ਮੈਂ ਨਹੀਂ ਲੈਂਦਾ ਰੁਪਈਆ, ਮਿੰਦੇ ਦਿਓ ਸਗਣਾਂ ਦਾ ਰੁਪਈਆ। ਮੈਂ ਸਮਝਗਾ ਤੁਸੀਂ ਹਾਲੇ ਮੈਨੂੰ ਪਾਗਲ ਸਮਝਣ ਡੇ। ਜੋ ਤੁਹਾਨੂੰ ਮੇਰੇ ਬਾਰੇ ਪਤਾ ਲੱਗ ਗਿਆ ਨਾ ਮੈਂ ਕੌਣ ਆ। ਪੁੱਤਰ ਜੀ ਪੁੱਤਰ ਜੀ ਪੁੱਤਰ ਜੀ ਕਰਦੇ ਤੁਹਾਡੀ ਜੀਵ ਨਹੀਂ ਥੱਕਣੀ। ਵੇ ਹੈ ਕੌਣ ਹੈ ਤੂੰ? ਮੈਨੂੰ ਲੱਗਦਾ ਹਾਲੇ ਤੁਸੀਂ ਮੈਨੂੰ ਪਛਾਣਿਆ ਨਹੀਂ ਹੈਗਾ। ਅਖਬਾਰ 'ਚ ਇਸ਼ਤਿਹਾਰ ਨਹੀਂ ਜੀ ਦਿੱਤਾ ਕੁੜੀ ਦੇ ਵਿਆਹ ਵਾਸਤੇ। ਕਾਕਾ ਜੀ ਹਾਂ ਮੈਂ, ਕਾਕਾ ਜੀ ਕਾਕਾ ਜੀ ਵਿਆਹ ਵਾਸਤੇ ਆਇਆ ਮੈਂ। ਵੇਖ ਲਓ ਮੈਂ ਮੂਰਤ ਦੀ ਸ਼ੁਭ ਘੜੀ ਨਹੀਂ ਲੰਘਣ ਦਿੱਤੀ। ਪੂਰੇ 10:28 ਤੇ ਮੈਂ ਆ ਗਿਆ, ਮੈਨੂੰ ਤਾਂ ਵੇਖ ਕੇ ਚਾਹ ਬੜਾ ਚੜਿਆ। ਪੀਤਰ ਕੁੜੀ ਵੀ ਬਿਲਕੁਲ ਤਿਆਰ ਪਰ ਤਿਆਰ ਖੜੀ ਹੈ, ਕਾਲੀ ਲਾੜੇ ਨੂੰ ਵੀ ਬੜੀ। ਤੂੰ ਐਡਾ ਮਾੜਾ ਲਾੜਾ, ਵੇ ਤੂੰ ਕਾਹਦਾ ਲਾੜਾ? ਮੈਂ ਸਮਝ ਗਿਆ ਜੀ, ਤੁਸੀਂ ਮੇਰੇ ਕੱਪੜੇ ਕੁਪੜੇ ਵੇਖ ਕੇ ਹੈਰਾਨ ਹੋਣਡੇ ਵੀ ਇਹ ਲਾੜਾ। ਇਹ ਦਰਅਸਲ ਮੇਰੇ ਕੱਪੜਿਆਂ 'ਤੇ ਨਾ ਜਾਓ ਜੀ, ਮੈਂ ਬਹੁਤ ਖੂਬਸੂਰਤ, ਬੜਾ ਹੁਸੀਨ ਹਾਂ, ਮੈਂ ਬੜਾ ਸੁੰਦਰ, ਬੜਾ ਮੈਂ ਕਹਿੰਦਾ ਜੀ ਆਕਰਸ਼ਕ ਹੈਗਾ ਜੀ ਮੈਂ। ਇਹ ਤਾਂ ਬਸ ਮੂਰਤ ਦੇ ਚੱਕਰ 'ਚ ਕਾਹਲੀਆਂ 'ਚ ਮੈਂ ਮਾਰਿਆ ਗਿਆ। ਤੁਹਾਨੂੰ ਮੈਂ ਦੱਸਾਂ, ਮੈਂ ਰਸਤੇ 'ਚ ਕਈ ਵਾਰੀ ਲੁੱਟਿਆ ਗਿਆ, ਕਈ ਵਾਰੀ ਮੈਂ ਕੁੱਟਿਆ ਗਿਆ। ਦਰਅਸਲ ਤੁਹਾਨੂੰ ਮੇਰੀ ਖੂਬਸੂਰਤੀ ਦਾ ਜੇ ਅੰਦਾਜ਼ਾ ਹੀ ਨਹੀਂ। ਅਜੇ ਤੁਸੀਂ ਮੈਨੂੰ ਇੱਧਰ ਸਾਈਡ 'ਤੇ ਹੋ ਕੇ ਵੇਖੋ ਨਾ, ਇਹ ਵੇਖੋ ਕਿੱਡੀ ਸੋਹਣੀ ਜੋੜੀ ਬਣੀ ਜੇ। ਇੱਧਰ ਵੀ ਹੁਸਨ ਹੈ, ਇੱਧਰ ਵੀ ਹੁਸਨ ਹੈ, ਹੁਸਨੋ ਹੁਸਨੀ ਹੋਏ ਪਏ ਹਾਂ ਕਿ ਨਹੀਂ ਅਸੀਂ? ਉਹ ਕਾਕਾ, ਹੁਸਨ ਤਾਂ ਤੇਰਾ ਪਾੜ ਪਾੜ ਬਾਹਰ ਨਿਕਲਣ ਡਿਆ। ਵੈਸੇ ਕਾਕਾ ਜੀ ਤੁਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਹੋ, ਜੋੜੀ ਤਾਂ ਇੱਧਰ ਪਹਿਲਾਂ ਹੀ ਬਣ ਚੁੱਕੀ ਆ। ਗੱਲ ਕਰ ਰਹੇ ਤੁਸੀਂ, ਮੂਹਰਤ ਤਾਂ ਠੀਕ 10:28 ਦਾ ਸੀ ਤੇ ਤੁਸੀਂ ਸਾਡੇ ਘਰ ਹੀ ਪਹੁੰਚੇ ਹੋ 10:28 ਤੇ। ਕਾਕਾ ਜੀ ਤੁਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਹੋ। ਇਹਦਾ ਮਤਲਬ ਅੱਧਾ ਮਿੰਟ ਹੀ ਲੈ ਬੈਠਾ ਮੈਨੂੰ? ਬਿਲਕੁਲ ਕਾਕਾ ਜੀ, ਤੁਹਾਨੂੰ ਅੱਧਾ ਮਿੰਟ ਹੀ ਲੈ ਬੈਠਾ ਜੇ। ਅੱਜ ਰਾਤ ਵੀ ਸਾਰੀਆਂ ਮੁਸੀਬਤਾਂ ਉਦੋਂ ਹੀ ਪੈਣੀਆਂ ਸੀ ਜਦੋਂ ਸ਼ਗਨਾਂ ਦੀ ਘੜੀ ਸੀ ਮੇਰੇ 'ਤੇ। ਕਹਿੰਦੇ ਆ ਨਾ ਵੀ ਕੱਢਿਆ ਜਲੂਸ ਗਰੀਬਾਂ ਅਤੇ ਸ਼ਹਿਰ 'ਚ 44 ਲੱਗ ਗਈ। ਵੈਸੇ ਤੁਹਾਨੂੰ ਪੱਕਾ ਪਤਾ ਜੀ ਕਿ ਵਿਆਹ ਹੋ ਚੁੱਕਾ। ਮੈਂ ਕਹਿੰਦਾ ਕਿ ਦੁਬਾਰਾ ਸੋਚ ਲਓ, ਬੜੀ ਮੁਸ਼ਕਿਲ ਨਾਲ ਪਹੁੰਚਿਆ ਜੀ, ਬੜੀ ਦੂਰੋਂ ਆਇਆ ਮੈਂ। ਯਾਰ ਇਹ 'ਚ ਸੋਚਣ ਵਾਲੀ ਕਿਹੜੀ ਗੱਲ ਆ, ਪੱਕਾ ਵਿਆਹ ਹੋ ਚੁੱਕਾ ਤੇ ਜਵਾਈ ਤਾਂ ਅਸੀਂ ਅੰਦਰ ਪਲੰਘੇ ਬਿਠਾਇਆ। ਵੇ ਭੋਲੀ, ਵੇ ਟੀਟੂ, ਵੇ ਜੀਜੇ ਨੂੰ ਲਿਆਓ, ਭੈਣ ਨੂੰ ਤੋਰੀਏ। ਚਿੰਗੜ ਬੋਰਡ ਤੇ ਸਾਰੀ ਤੁਰੀ ਆਉਂਦੀ, ਜੀਜਾ ਵੀ ਕੱਢੋ ਅੰਦਰੋਂ ਬਾਹਰ, ਮੈਨੂੰ ਵਿਖਾਓ ਤੇ ਸਹੀ ਹੈ ਕਿਹੜਾ ਉਹ ਕਰਮਾਂ ਵਾਲਾ। ਤਮੀਜ਼ ਨਾਲ ਗੱਲ ਕਰੋ ਏ, ਜੀਜਾ ਇੱਧਰ ਆ, ਉਹ ਪਹਿਲਾਂ ਹੀ ਉਧਰੇ ਫਿਰਦਾ, ਹੋਰ ਨਾ ਫੰਡਿਆ ਜਾਈ। ਅੱਛਾ ਤੂੰ ਲਾੜਾ? ਅੱਧੇ ਮਿੰਟ ਨੇ ਬਚਾ ਲਏ ਜੀ ਤੈਨੂੰ, ਅੱਧਾ ਮਿੰਟ ਡੀਕ ਲੈਂਦੇ ਹਾਂ ਸਰਬਾਲੇ ਨਾਲ ਕੁੜੀ ਵਿਆਹ ਛੜੀ ਜੇ। ਇਹ ਵੈਸੇ ਕਰਮਾਂ ਵਾਲਾ, ਉਹ ਅੱਧੇ ਮਿੰਟ ਕਰਕੇ ਬੰਦਿਆਂ 'ਚ ਗਿਣਤੀ ਹੋ ਗਈ ਉਹ ਤੇਰੀ। ਚਲੋ ਡੋਲੀ ਬੇਟਾ, ਡੋਲੀ ਦਾ ਟਾਈਮ ਹੋ ਗਿਆ, ਹੁਣ ਰੋਣ ਧੋਣ ਦੀ ਫਾਰਮੈਲਿਟੀ ਕਰ ਲਈਏ। ਬਸ ਕਰ, ਜਾਣ ਲੱਗਿਆ ਮਾਂ ਨੂੰ ਮਾਰ ਕੇ ਜਾਣਾ। ਵਾਹ ਵੀ ਲੀਲੀ ਪੁੱਟ, ਮੈਂ ਕਦਰ ਕਸਕ ਅੰਦਰ ਨਿਕਲਿਆ। ਵੈਸੇ ਤੂੰ ਅੱਧੇ ਮਿੰਟ ਨੇ ਬੇੜਾ ਗਰ ਕਰਾਇਆ ਮੇਰਾ, ਇਸ ਘੜੀ ਦੇ ਬੇੜਾ, ਇਸ ਘੜੀ ਦਾ ਮੈਨੂੰ ਫਾਇਦਾ ਆ ਕੀ, ਬਰਬਾਦ ਕਰਤਾ ਇਸ ਘੜੀ ਨੂੰ। ਫਾਇਦਾ ਤਾਂ ਕੋਈ ਨਹੀਂ, ਤੋੜਨ ਦਾ ਵੀ ਕੀ ਫਾਇਦਾ। ਗੱਲ ਇਹ ਹੈ ਜੀ, ਦੇਖੋ ਇਸ ਖੁਸ਼ੀ ਗਮੀ ਦੇ ਮੌਕੇ 'ਤੇ ਬਾਈ ਚਾਂਸ ਅੱਧਾ ਮਿੰਟ ਲੇਟ ਲਾੜੇ ਵੱਲੋਂ, ਬਾਈ ਚਾਂਸ ਟਾਈਮ ਸਿਰ ਪਹੁੰਚੇ ਇਸ ਲਾੜੇ ਨੂੰ ਇਸ ਸ਼ਾਦੀ ਦੇ ਮੌਕੇ 'ਤੇ ਇੱਕ ਪਿਆਰ ਭਰਿਆ ਤੋਹਫਾ, ਇੱਕ ਪਿਆਰ ਭਰਿਆ ਗਿਫਟ। ਇਹ ਫੜ ਘੜੀ, ਮੇਰੇ ਵੱਲੋਂ ਬਾਂਹ 'ਚ ਪਾਲਾ, ਮੇਰੇ ਵੱਲੋਂ ਗੱਲ 'ਚ ਪਾਲਾ। ਛੋਟੇ ਮੈਂ ਘੜੀ ਦਾ ਕੀ ਕਰਨਾ, ਮੈਂ ਤਾਂ ਘੜੀ ਬੰਨਦਾ ਹੀ ਨਹੀਂ, ਅਸੀਂ ਵੈਸੇ ਹੀ ਟਾਈਮ ਸਿਰ ਹੁੰਦੇ ਹਾਂ। ਡੋਲੀ ਤੋਰੋ। ਚਲੋ ਪੁੱਤਰ, ਚਲੋ ਚਲੋ ਆ ਜਾਓ ਜੀ, ਚਲੋ।
वाह किस्मत दिया बलिया रिद्धि खीर ते हो गया दलिया कर कहिंदे जी उहदे घर देर आ हनेर नहीं पर फिलहाल ते कुगी जी ना ओ होई है ते हाथ पराने खोसड़े बसंते हुरी आए।